आप दे सीनियर आगू अमन अरोड़ा ने जिथे पंजाब दे कैबिनेट दे सूबे दियां जेलां विच 305 वार्डनरां दियां भर्तियां दे फैसले दा स्वागत कीता है, उत्थे ही उन्हां ने इन्हां दी भर्ती दी प्रक्रिया उपर सवाल भी चुके हन। उन्हां कहा कि इन्हां भर्तियां नूं मैरिट दे आधार ते एसएस बोर्ड राही भरिया जावे। अरोड़ा ने कहा कि जेकर सिद्धी भर्ती कीती जांदी है तां हो सकदा है कि सत्ता धिर दे लोक मैरिट नूं अणदेखिया करके अपने चेतियां नूं लाभ पहुंचा सकदे हन। उन्हां मुख्यमंत्री नूं अपील कीती कि इस फैसले नूं इक वारी मुड़ विचारिया जावे। देखो जो अज पंजाब कैबिनेट ने फैसला किया कि आने वाले दिनों के 305 जेल वार्डरों की भर्ती ने जिहड़ियां ਉਹ ਕੀਤੀਆਂ ਜਾਣਗੀਆਂ। ਮੈਂ ਸਮਝਦਾ ਕਿ ਜਿੱਥੇ ਇੱਕ ਵੈਲਕਮ ਸਟੈਪ ਹੈ, ਪਰ ਇਹ ਊਂਟ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ, ਕਿਉਂਕਿ ਪੰਜਾਬ ਦੇ ਵਿੱਚ ਹਜ਼ਾਰਾਂ ਅਸਾਮੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਨੇ, ਅਤੇ ਕਈ ਮਹਿਕਮਿਆਂ ਦੇ ਵਿੱਚ ਸਰਕਾਰ ਇਹਨਾਂ ਅਸਾਮੀਆਂ ਨੂੰ ਅਬੋਲਿਸ਼ ਕਰਨ ਜਾ ਰਹੀ ਹੈ। ਪਰ ਨਾਲ ਹੀ ਅੱਜ ਜਿਸ ਤਰੀਕੇ ਦੇ ਨਾਲ ਇਹ ਭਰਨ ਦਾ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਨੂੰ ਐਸਐਸ ਬੋਰਡ ਦੀ ਬਜਾਏ ਸਿੱਧੀਆਂ ਪੰਜਾਬ ਸਰਕਾਰ ਵੱਲੋਂ ਡਾਇਰੈਕਟ ਭਰਤੀ ਕੀਤਾ ਜਾਏਗਾ, ਮੈਂ ਸਮਝਦਾ ਕਿ ਬਿਲਕੁਲ ਇਲੌਜੀਕਲ ਔਰ ਇਰਰੈਸ਼ਨਲ ਫੈਸਲਾ ਹੈ, ਕਿਉਂਕਿ ਇਹਦੇ ਨਾਲ ਜਿੱਥੇ ਟਰਾਂਸਪੇਰੈਂਸੀ ਹੈ ਜਿਹੜੀ ਉਹਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਡਾਕਟਰਸ ਔਰ ਪੈਰਾਮੈਡੀਕਲ ਸਟਾਫ ਦੀਆਂ ਜਿਹੜੀਆਂ ਭਰਤੀਆਂ ਨੇ ਉਹ ਜ਼ਿਲ੍ਹੇ ਪੱਧਰਾਂ ਦੇ ਉੱਪਰ ਕੀਤੀਆਂ ਗਈਆਂ ਨੇ, ਔਰ ਉਸ ਦੇ ਵਿੱਚ ਵੀ ਮੈਰਿਟ ਕਾਫੀ ਵੱਡੇ ਪੱਧਰ ਤੇ ਇਗਨੋਰ ਹੁੰਦੀ ਦਿਖੀ ਹੈ। ਮੈਂ ਸਮਝਦਾ ਕਿ ਇਹ ਸਰਕਾਰ ਨੂੰ ਫੈਸਲਾ ਜਿਹੜਾ ਉਹ ਰਿਵਿਊ ਕਰਨਾ ਚਾਹੀਦਾ, ਕਿਉਂਕਿ ਜੇ ਇਸ ਤਰੀਕੇ ਦੇ ਨਾਲ ਸਿੱਧੀਆਂ ਭਰਤੀਆਂ ਹੀ ਕਰਨੀਆਂ ਨੇ ਸਰਕਾਰ ਨੇ, ਤੇ ਫਿਰ ਪੀਪੀਐਸਸੀ ਜਾਂ ਐਸਐਸ ਬੋਰਡ ਵਰਗੇ ਮਹਿਕਮੇ ਬੋਰਡ ਚਿੱਟੇ ਹਾਥੀ ਕਿਉਂ ਬੰਨੇ ਨੇ, ਜਿਨ੍ਹਾਂ ਦਾ ਲੱਖਾਂ ਕਰੋੜਾਂ ਰੁਪਏ ਦਾ ਬੋਝ ਹੈ ਜਿਹੜਾ ਉਹ ਪੰਜਾਬ ਦੀ ਜਨਤਾ ਸਿਰ ਪੈ ਰਿਹਾ। ਸੋ ਮੈਂ ਸਮਝਦਾ ਕਿ ਇਸ ਡਾਇਰੈਕਟ ਭਰਤੀ ਦੀ ਆੜ ਦੇ ਵਿੱਚ ਜਿਹੜੇ ਸੱਤਾਧਾਰੀ ਧਿਰ ਦੇ ਲੋਕ ਨੇ, ਲੀਡਰ ਨੇ, ਉਹ ਮੈਰਿਟ ਨੂੰ ਇਗਨੋਰ ਕਰਕੇ ਆਪਣੇ ਚਹੇਤਿਆਂ ਨੂੰ ਵਾਜਬ ਜਾਂ ਗੈਰ ਵਾਜਬ ਤਰੀਕੇ ਇਸਤੇਮਾਲ ਕਰਕੇ ਉਹ ਇਹਨਾਂ ਭਰਤੀਆਂ ਦੇ ਵਿੱਚ ਇਹਨਾਂ ਨੂੰ ਐਡਜਸਟ ਕਰਨਗੇ ਆਪਦੇ ਚਹੇਤਿਆਂ ਨੂੰ, ਜਿਹੜਾ ਕਿ ਮੈਂ ਸਮਝਦਾ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ, ਮੈਰੀਟੋਰੀਅਸ ਨੌਜਵਾਨਾਂ ਦੇ ਨਾਲ ਇੱਕ ਬਹੁਤ ਵੱਡਾ ਕਿਤੇ ਧੋਖਾ ਸਾਬਤ ਨਾ ਹੋ ਜਾਵੇ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈ, ਇਸ ਕਰਕੇ ਇਹ ਭਰਤੀਆਂ ਨੇ ਜਿਹੜੀਆਂ ਇਹ ਪ੍ਰੋਪਰ ਮੈਰਿਟ ਨੂੰ ਮੱਦੇਨਜ਼ਰ ਰੱਖ ਕੇ ਐਸਐਸ ਬੋਰਡ ਦੇ ਜ਼ਰੀਏ ਨੇ ਜਿਹੜੀਆਂ ਉਹ ਭਰੀਆਂ ਜਾਣ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।